ਪਹਿਲਾਂ ਤਾਂ ਮੇਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਮੈਂ ਕਰਨ ਵੇਰਕਾ। ਅੱਜ ਜੋ ਟੂਰਨਾਮੈਂਟ ਵੇਰਕੇ ਦੇ ਵਿੱਚ ਕਰਵਾਇਆ ਗਿਆ ਉਹ 7ਵਾਂ ਟੂਰਨਾਮੈਂਟ ਕ੍ਰਿਕਟ ਦਾ ਕਰਵਾਇਆ ਗਿਆ, ਜੋ ਕਿ ਜਦੋਂ ਪਹਿਲਾਂ ਸ਼ੁਰੂਆਤ ਕੀਤੀ ਸੀ ਟੂਰਨਾਮੈਂਟ ਦੀ, ਇਹ ਸੋਚਿਆ ਨਹੀਂ ਵੀ 7ਵੇਂ ਟੂਰਨਾਮੈਂਟ ਤੱਕ ਲੈ ਜਾਂਗੇ, ਪਰ ਮੇਰੀ ਜੋ ਕਮੇਟੀ ਟੀਮ ਆ ਬਹੁਤ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਯੋਗਦਾਨ ਨਾਲ ਆਪਾਂ ਸਾਰੇ ਵੀਰ ਭਰਾ ਇਕੱਠੇ ਹੋ ਗਏ, 7ਵਾਂ ਟੂਰਨਾਮੈਂਟ ਲੈ ਗਏ। ਖਾਸ ਕਰਕੇ ਯੂਥ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਹ ਟੂਰਨਾਮੈਂਟ ਕਰਵਾਈਦਾ ਵਾ, ਵੀ ਜਿਹੜੇ ਸਾਡੇ ਵੀਰ ਭਰਾ ਨਸ਼ੇ 'ਚ ਫਸੇ ਆ ਉਹ ਟੂਰਨਾਮੈਂਟ ਵੱਲ ਵੇਖ ਕੇ ਜਾਂ ਗੇਮਸ ਵੱਲ ਵੇਖ ਕੇ ਉਹ ਗਰਾਊਂਡ ਦੇ ਵਿੱਚ ਆਉਣ, ਜੋ ਕਿ ਉਹਨਾਂ ਨੂੰ ਨਸ਼ੇ ਛੱਡ ਸਕਣ। ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ, ਜਿਹੜੇ ਵੀਰ ਭਰਾ ਕਈ ਨਸ਼ੇ 'ਚ ਫਸੇ ਆ ਉਹਨਾਂ ਤੋਂ ਅਸੀਂ ਦੂਰ ਨਾ ਭੱਜੀਏ, ਸਿਰਫ ਉਹਨਾਂ ਦੇ ਨੇੜੇ ਜਾ ਕੇ ਅਸੀਂ ਉਹਨਾਂ ਨਾਲ ਗੱਲ ਕਰਕੇ ਕੀ ਪ੍ਰੋਬਲਮ ਆ, ਜੇ ਅਸੀਂ ਵੱਧ ਤੋਂ ਵੱਧ ਨਸ਼ਾ ਛਡਾਵਾਂਗੇ ਮੁੰਡਿਆਂ ਦਾ ਅਤੇ ਵੱਧ ਤੋਂ ਵੱਧ ਆਪਾਂ ਯੂਥ ਲਈ ਕੁਛ ਕਰ ਸਕਦੇ ਹਾਂ। ਅਤੇ ਇਹੀ ਕਹਿਣਾ ਚਾਹੁੰਦਾ ਵਾਂ ਮੈਂ, ਖਾਸ ਕਰਕੇ ਨਸ਼ੇ ਵੇਚਣ ਵਾਲਿਆਂ ਨੂੰ ਵੀ ਗੱਲ ਇਹ ਕਹਿਣਾ ਚਾਹੁੰਦਾ ਵਾਂ, ਬੰਦ ਕਰ ਦਿਉ ਨਸ਼ਾ ਵੇਚਣਾ, ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ। ਅਤੇ ਯੂਥ ਨੂੰ ਕਹਿਣਾ ਚਾਹੁੰਦਾ, ਨਸ਼ਾ ਛੱਡ ਕੇ ਆਪਾਂ ਗੇਮਸ ਦੇ ਵਿੱਚ ਗਰਾਊਂਡਸ ਦੇ ਵਿੱਚ ਆਈਏ ਅਤੇ ਆਪਣੀ ਬਾਡੀ ਨੂੰ ਵਧੀਆ ਤੰਦਰੁਸਤ ਬਣਾਈਏ ਅਤੇ ਪਰਿਵਾਰ ਦਾ ਨਾਮ ਰੋਸ਼ਨ ਕਰੀਏ। ਤੁਹਾਨੂੰ ਨਹੀਂ ਲੱਗਦਾ ਸਰ ਸਰਕਾਰ ਨੂੰ ਵੀ ਇਹ ਉਪਰਾਲੇ ਕਰਨੇ ਚਾਹੀਦੇ? ਬਿਲਕੁਲ ਜੀ, ਸਰਕਾਰ ਵੇਖੋ ਕਰ ਵੀ ਰਹੀ ਆ ਉਪਰਾਲੇ, ਅਤੇ ਬਟ ਹੋਰ ਵੀ ਹੋ ਸਕਿਆ ਆਪਾਂ CM ਭਗਵੰਤ ਮਾਨ ਜੀ ਦੇ ਮੈਸੇਜ ਜ਼ਰੂਰ ਪਹੁੰਚਾਵਾਂਗੇ ਵੀ ਇਹ ਉਪਰਾਲੇ ਹੋਰ ਹੋਣੇ ਚਾਹੀਦੇ ਨੇ। ਇਹ ਜਿਹੜਾ ਟੂਰਨਾਮੈਂਟ ਕਰਨ ਜੀ ਨੇ ਕਰਾਇਆ ਕਰਨ ਵੇਰਕੇ ਨੇ, ਬਹੁਤ ਹੀ ਸ਼ਲਾਘਾ ਯੋਗ ਕਦਮ ਆ। ਇਸ ਤਰ੍ਹਾਂ ਦੇ ਜਿਹੜੇ ਖੇਡਾਂ ਵਾਲੇ ਉਪਰਾਲੇ ਆ, ਜਿਹੜੇ ਸਮਾਜ ਸੇਵੀ ਚੰਗੀ ਸੋਚ ਵਾਲੇ ਅਗਾਂਹ ਵਧੂ ਉਹ ਕਰਦੇ ਰਹਿੰਦੇ ਆ, ਹੋਰ ਵੀ ਕਈਆਂ ਪਿੰਡਾਂ 'ਚ ਕਈਆਂ ਸ਼ਹਿਰਾਂ 'ਚ ਹੁੰਦੇ ਆ। ਅੱਜ ਸਵੇਰ ਦਾ ਕਰਨ ਜੀ ਨੇ ਦੱਸਿਆ ਇੱਥੇ 20 ਟੀਮਾਂ ਤਕਰੀਬਨ ਇਹਨਾਂ ਖੜਾਈਆਂ, ਵੇਖੋ 20 ਟੀਮਾਂ 'ਚ ਕਿੰਨੇ ਬੱਚੇ ਆਏ ਹੋਣਗੇ, ਕਿੰਨੇ ਪਿੰਡਾਂ ਤੋਂ ਬੱਚੇ ਆਏ ਹੋਣਗੇ। ਉਹ ਪਿੰਡ ਜਾ ਕੇ ਮਿਹਨਤ ਕਰਨਗੇ, ਜੇ ਉਹ 11 ਬੱਚੇ ਇੱਥੇ ਖੇਡਣ ਆਏ ਆ ਤਾਂ ਉਹਨਾਂ ਨੇ 10-11 ਬੱਚੇ ਹੋਰ ਨਾਲ ਲਾ ਕੇ ਉੱਥੇ ਪਿੰਡ 'ਚ ਖੇਡਣਾ, ਮਿਹਨਤ ਕਰਨੀ ਆ, ਕਿਉਂਕਿ ਜਿਹੜੇ ਬੱਚੇ ਆ ਚੰਗੇ ਬੰਨੇ ਲੱਗਦੇ ਆ। ਖੇਡਾਂ ਦਾ ਇਸ ਵੇਲੇ ਜ਼ਰੂਰ ਰੁਝਾਨ ਜਿਹੜਾ ਵਧਾਉਣਾ ਚਾਹੀਦਾ, ਅਸੀਂ ਸਰਕਾਰ ਨੂੰ ਵੀ ਚਲੋ ਬੇਨਤੀ ਆਪਦੀ ਨੂੰ ਕਰਦੇ ਹਾਂ ਵੀ ਖੇਡਾਂ ਵਾਲੇ ਬੰਨੇ, ਜਿਵੇਂ ਗਰਾਊਂਡਾਂ ਵਾ, ਜਿਸ ਤਰ੍ਹਾਂ ਹੁਣ ਆਹ ਗਰਾਊਂਡ ਆ, ਥੋੜ੍ਹੀ ਜਿਹੀ ਗਰਾਊਂਡ ਦੀ ਸਾਨੂੰ ਅੱਜ ਦਿੱਕਤ ਲੱਗੀ ਹੈ ਵੈਸੇ, ਕਿ ਬੱਚੇ ਸ਼ਾਇਦ ਇਹਦੇ 'ਚ ਘੱਟ ਖੇਡਦੇ ਹੋਣਗੇ। ਗਰਾਊਂਡਾਂ ਸਾਫ਼ ਸੁਥਰੀਆਂ ਚਾਹੀਦੀਆਂ ਵਾ, ਹਰ ਏਰੀਏ 'ਚ ਗਰਾਊਂਡ ਚਾਹੀਦੀ ਆ, ਉੱਥੇ ਖਿਡਾਉਣ ਵਾਲੇ ਕੋਚ ਚਾਹੀਦੇ ਆ। ਬਾਕੀ ਕਰਨ ਤਾਂ ਚੱਕ ਸਮਾਜ ਸੇਵੀ ਦੇ ਤੌਰ 'ਤੇ ਇਹ ਉਪਰਾਲਾ ਜਿਹੜਾ ਕਰਨ ਦਿਆ ਵਾ, ਬਹੁਤ ਹੀ ਜ਼ਿਆਦਾ ਇਹ ਸ਼ਲਾਘਾ ਯੋਗ ਕਦਮ ਵਾ, ਕਿਉਂਕਿ ਬੱਚੇ ਬੁਰਾਈਆਂ ਤੋਂ ਬਚ ਕੇ ਅਤੇ ਗੇਮਾਂ ਵੱਲੇ ਬੰਨੇ ਧਿਆਨ ਕਰਦੇ ਆ, ਜਿਸ ਤਰ੍ਹਾਂ ਉਹਨਾਂ ਨੂੰ ਮਾਨ ਸਤਿਕਾਰ ਮਿਲੇ। ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਯੂਥ ਨੂੰ ਅਸੀਂ ਇਹੋ ਕਹਾਂਗੇ ਵੀ ਕਿਸੇ ਵੀ ਗੇਮ ਨਾਲ ਜੁੜ ਕੇ ਗੇਮਾਂ ਵਾਲੇ ਬੰਨੇ ਧਿਆਨ ਦੇਣ, ਬੁਰਾਈਆਂ ਤੋਂ ਬਚਣ, ਜਾਂ ਆਪਣੀ ਸਟੱਡੀ ਕਰਨ ਜਾਂ ਗੇਮਾਂ ਕਰਨ ਅਤੇ ਮਾਂ ਪਿਓ ਦਾ ਨਾਮ ਰੋਸ਼ਨ ਕਰਨ। ਇਹੋ ਜਿਹੇ ਕਰਨ ਵਰਗਿਆਂ ਸਾਥੀਆਂ ਦਾ ਸਾਥ ਲੈ ਕੇ ਕਿਸੇ ਵੀ ਕੰਮ 'ਤੇ ਆਪਾਂ ਅਗਾਂਹ ਵੱਧ ਸਕਦੇ ਹਾਂ। ਜਿਵੇਂ ਥੋੜ੍ਹੇ ਦਿਨਾਂ ਤੱਕ ਦੱਸਣ ਦਿਆ ਵੀ ਅਸੀਂ ਕਲੱਬ ਵੀ ਓਪਨ ਕਰਨ ਲੱਗਾ ਵਾ, ਚਲੋ ਕਲੱਬ ਦੇ ਵਿੱਚ ਵੀ ਕਾਫੀ ਇਹ ਇਸ ਚੀਜ਼ ਦੀ ਸਹੂਲਤ ਮਿਲੂਗੀ ਕਿ ਇਹਦਾ ਸ਼ੁਰੂ ਤੋਂ ਰੁਝਾਨ ਆ ਵੀ ਸਮਾਜ ਸੇਵੀ। ਮੈਨੂੰ ਪਤਾ ਕਲੱਬ ਦੀ ਫੀਸ ਵੀ ਬਹੁਤ ਘੱਟ ਰੱਖੂਗਾ ਅਤੇ ਉੱਥੋਂ ਵੀ ਬੱਚਿਆਂ ਨੂੰ ਫਾਇਦਾ ਹੋਊਗਾ। ਜਿਵੇਂ ਆ ਹਰ ਸਾਲ ਇਹ ਟੂਰਨਾਮੈਂਟ ਕਰਾਉਂਦਾ, ਇਹ ਵੀ ਇੱਕ ਚੰਗੀ ਸੋਚ ਲੈ ਕੇ ਚੱਲਣ ਦਿਆ। ਇਸ ਕਰਕੇ ਇਹਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿੱਥੇ ਲੋੜ ਅਸੀਂ ਇਹਦਾ ਸਾਥ ਦਿੰਦੇ।